ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲੇ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ। ਸਿਰਫਰੇ ਆਸ਼ਕ ਨੇ ਪੁਲਿਸ ਨੂੰ ਪਾਈਆਂ ਭਾਜੜਾ, ਬੰਦੂਕ ਲੈ ਕੇ ਕੁੜੀ ਦੇ ਘਰ ਹੋਇਆ ਦਾਖਲ। ਅਕਸਰ ਫਿਲਮਾਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਆਸ਼ਕ ਆਪਣੇ ਪਿਆਰ ਪਿੱਛੇ ਕਿਸੇ ਨੂੰ ਮਰਨ ਜਾਂ ਮਾਰਨ ਲਈ ਤਿਆਰ ਹੋ ਜਾਂਦੇ ਨੇ। ਅਜਿਹਾ ਹੀ ਇੱਕ ਮਾਮਲਾ ਗੁਰੂਗ੍ਰਾਮ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਆਸ਼ਕ ਨੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ। ਦਰਅਸਲ ਇਹ ਆਸ਼ਕ ਨੇ 16 ਸਾਲ ਦੀ ਨਾਬਾਲਗ ਨਾਲ ਵਿਆਹ ਕਰਾਉਣ ਲਈ ਕਿਹਾ ਅਤੇ ਅਜਿਹਾ ਨਾ ਹੋਇਆ ਤਾਂ ਉਹ ਆਪਣੇ ਆਪ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਸਿਰਫਰੇ ਆਸ਼ਕ ਨੇ ਆਪਣੀ ਕੰਨ ਪੱਟੀ 'ਤੇ ਪਿਸਤੌਲ ਰੱਖ ਕੇ ਕੁੜੀ ਦੇ ਘਰ ਦਾਖਲ ਹੋ ਗਿਆ ਅਤੇ ਪੁਲਿਸ ਨੂੰ ਧਮਕੀ ਦੇ ਰਿਹਾ ਹੈ। ਇਸ ਤੋਂ ਬਾਅਦ ਨਾਬਾਲਗ ਦੇ ਘਰ ਵਾਲਿਆਂ ਨੇ ਇਸ ਦੀ ਖਬਰ ਪੁਲਿਸ ਨੂੰ ਦਿੱਤੀ। ਚਾਂਦਨੀ ਨੂੰ ਫੋਨ ਮਿਲਾ ਰਹੇ, ਚਾਂਦਨੀ ਕੇ ਅਭੀ ਤੇਰੇ ਸੇ ਫੋਨ ਬਾਤ ਕਰ ਰਹੇ ਹੈ। ਬੈਠ ਸੋ ਆਏ ਬੈਠ ਯਾਰ ਤੁਮ ਬੈਠ ਸੁਸਤ ਕਰ ਲੈ ਬੈਠ ਹਮ ਤੇਰੇ ਕੋ ਮੈਂ ਕਿਆ ਕਰ ਮੈਂ ਨਾ ਪੁੱਤਰ ਸੱਚੀ ਬੱਜਾ ਬਸ ਮੈਂ ਅਰੇ ਤੁਮ ਚਾਂਦਨੀ ਚਾਹੀਏ ਚਾਂਦਨੀ ਚਾਹੀਏ ਫੋਨ ਸੇ ਬਾਤ ਕਰ ਰਹੇ ਚਾਂਦਨੀ ਬਾਤ ਕਰਾਤੇ ਫਿਰ ਚਾਂਦਨੀ ਆ ਜਾਏਗੀ। ਡਾਕਟਰ ਸਰ ਕੀ ਕਹਿ ਰਹੇ ਹੋ ਆਪ? ਡਾਕਟਰ ਆਰੰਭ ਤੋਂ ਇਸੇ ਤਾਂ ਢਾਲੇ ਕੰਪਟੀ ਸੇ ਢਾਲੇ ਆਪ ਦੱਬ ਜਾਏਗਾ ਗਲਤਬਾਜ਼ੀ ਨੂੰ ਗਲਤਬਾਜ਼ੀ ਨੂੰ ਬਾਵਲੀ ਬਾਤ ਨਹੀਂ ਕਰਾਤੇ ਕਿਸੇ ਲੱਗ ਜਾਏਗੀ। ਮੈਂ ਕੋਈ ਨਹੀਂ ਜਾਣਦਾ ਨਹੀਂ ਸਰ ਕਹਿ ਦਿਓ ਪਿੱਛੇ ਮੈਂ ਦਬ ਜਾਏਗਾ ਸਮਝਿਆ ਕਰ ਬਾਤ ਕੋ ਇਸਕੋ ਹਟਾ ਲੇ ਕਨਫਰੀ ਹਟਾ ਲੇ ਇਸਕੋ ਪਰ ਉਸਨੇ ਪੁਲਿਸ ਦੇ ਸਾਹਮਣੇ ਵੀ ਡਰਾਮਾ ਬੰਦ ਨਾ ਕੀਤਾ। ਕਾਫੀ ਮਸ਼ਕਤ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਲੜਕਾ ਕਿੱਥੇ ਦਾ ਹੈ ਤੇ ਉਸ ਕੋਲ ਹਥਿਆਰ ਕਿੱਥੋਂ ਆਇਆ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।